ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਉਮੀਦ ਕਰਦਾ ਹਾਂ ਕਿ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਜੋ ਤਾਂ ਅੱਜ ਤੁਹਾਡੇ ਲਈ ਅਪਡੇਟ ਲੈ ਗਏ ਕੈਨੇਡਾ ਸਟੱਡੀ ਵੀਜ਼ਾ ਬਾਰੇ, ਪਲੀਜ਼ ਮੇਰੀ ਰਿਕੁਐਸਟ ਰਹੀ ਕਿ ਸਾਡੇ ਯੂਟਿਊਬ ਚੈਨਲ 'ਚ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਹਰੇਕ ਲੇਟੈਸਟ ਐਂਡ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਤੱਕ ਸਹੀ ਸਮੇਂ 'ਤੇ ਪਹੁੰਚ ਸਕੇ। ਅੱਜ ਦਾ ਟੋਪਿਕ ਸਟਾਰਟ ਕਰਦੇ ਕੈਨੇਡਾ ਸਟੱਡੀ ਵੀਜ਼ਾ ਬਾਰੇ, ਜੋ ਲੇਟੈਸਟ ਅਪਡੇਟ ਹੈ ਮੈਂ ਤੁਹਾਡੇ ਨਾਲ ਲੈ ਕੇ ਇਨਫੋਰਮੇਸ਼ਨ ਰੂਬਰੂ ਹੋਇਆ। ਦੋਸਤੋ, ਜੋ ਸਟੂਡੈਂਟਸ ਆਪਣੇ ਵੀਜ਼ੇ ਡਨ ਕਰ ਚੁੱਕੇ ਆ, APs ਪ੍ਰਾਪਤ ਕਰ ਚੁੱਕੇ ਆ, ਜੋ ਆਪਣੀ ਔਨਲਾਈਨ ਕਲਾਸਿਸ ਲਗਾਉਣ ਬਾਰੇ ਸੋਚ ਰਹੇ ਆ, ਉਹਨਾਂ ਬਾਰੇ ਅੱਜ ਮੈਂ ਗੱਲ ਤੁਹਾਨੂੰ ਦੱਸਾਂਗਾ। ਔਨਲਾਈਨ ਕਲਾਸਿਸ ਲਗਾਉਣ ਵਿੱਚ ਸਟੂਡੈਂਟਸ ਨੂੰ ਬੈਨੀਫਿਟ ਹੈ ਜਾਂ ਲੌਸ ਆ? ਸਟੂਡੈਂਟ, ਜੇ ਤੁਸੀਂ ਆਪਣੀ ਔਨਲਾਈਨ ਸਟੱਡੀ ਲਗਾਉਣ ਬਾਰੇ ਕਰ ਸੋਚ ਰਹੇ ਹੋ ਤਾਂ ਤੁਹਾਨੂੰ ਆਪਣੀ ਔਨਲਾਈਨ ਕਲਾਸਿਸ ਜੁਆਇਨ ਕਰ ਲੈਣੀਆਂ ਚਾਹੀਦੀਆਂ ਹਨ। ਬਟ ਤੁਸੀਂ ਪਹਿਲਾਂ ਆਪਣੇ ਕਾਲਜ ਦੀ ਰੀਫੰਡ ਪੋਲਿਸੀ ਜ਼ਰੂਰ ਚੈੱਕ ਕਰਕੇ ਰੱਖੋ। ਜੇਕਰ ਤੁਹਾਡਾ ਕਾਲਜ ਫੀਸ ਜ਼ਿਆਦਾ ਡਿਡਕਟ ਕਰਦਾ ਤਾਂ ਤੁਹਾਨੂੰ ਔਨਲਾਈਨ ਕਲਾਸਿਸ ਲਗਾਉਣ ਦਾ ਕੋਈ ਬੈਨੀਫਿਟ ਨਹੀਂ ਆ। ਤਾਂ ਤੁਸੀਂ ਆਪਣਾ ਜਿਹੜਾ ਇੰਟੇਕ ਹੈਗਾ ਡੈਫਰ ਕਰਵਾਓ ਮਈ ਜਾਂ ਸਪਤੰਬਰ ਲਈ ਜਾਂ ਨੈਕਸਟ ਅਵੇਲੇਬਲ ਇੰਟੇਕਸ ਲਈ, ਕਿਉਂਕਿ ਕੁਝ ਕਾਲਜ ਹੈਗੇ ਵਨ ਸਮੈਸਟਰ ਫੀਸ ਕੱਟ ਰਹੇ ਨੇ, ਕੁਝ ਸਮੈਸਟਰ ਟੂ ਸਮੈਸਟਰ ਦੀ ਫੀਸ ਕੱਟ ਰਹੇ ਨੇ, ਕੁਝ ਕਾਲਜ ਜਿਹੜੇ ਹੈਗੇ ਆ ਕਿੰਨੇ ਆਵਰ ਤੁਸੀਂ ਸਟੱਡੀ ਕੀਤੀ ਹੈ ਉਸ ਹਿਸਾਬ ਨਾਲ ਆਪਣੀ ਫੀਸ ਡਿਡਕਟ ਕਰ ਰਹੇ ਨੇ। ਤੁਸੀਂ ਉਹ ਆਪਣੀ ਰੀਫੰਡ ਪੋਲਿਸੀ ਜ਼ਰੂਰ ਚੈੱਕ ਕਰਕੇ ਰੱਖੋ, ਫਿਰ ਹੀ ਤੁਸੀਂ ਆਪਣੀ ਔਨਲਾਈਨ ਕਲਾਸਿਸ ਜੁਆਇਨ ਕਰੋ। ਕਿਉਂਕਿ ਕਾਫੀ ਸਾਰੇ ਸਟੂਡੈਂਟਸ ਦੇ ਵੀਜ਼ੇ ਆ ਚੁੱਕੇ ਨੇ, APs ਪ੍ਰਾਪਤ ਕਰ ਚੁੱਕੇ ਨੇ ਸਟੂਡੈਂਟਸ, ਉਹ ਆਪਣੀ ਔਨਲਾਈਨ ਸਟੱਡੀ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ ਕਿ ਸਾਨੂੰ ਸਟੱਡੀ ਔਨਲਾਈਨ ਸਟਾਰਟ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ। ਸਾਨੂੰ ਡੇਲੀ ਲਗਾਤਾਰ ਮੈਸੇਜ ਵਟਸਐਪ 'ਤੇ ਜਾਂ ਕਾਲਿੰਗ ਆ ਰਹੇ ਨੇ ਕਿ ਸਾਨੂੰ ਔਨਲਾਈਨ ਸਟੱਡੀ ਕਰਨ ਵਿੱਚ ਬੈਨੀਫਿਟ ਆ ਜਾਂ ਲੌਸ ਆ। ਇਹ ਸਟੂਡੈਂਟ ਤੁਸੀਂ ਆਪਣੇ ਏਜੰਟਸ ਨਾਲ ਗੱਲ ਕਰ ਸਕਦੇ ਹੋ, ਆਪਣੇ ਕਾਲਜ ਨਾਲ ਗੱਲ ਕਰ ਸਕਦੇ ਹੋ, ਕਿਉਂਕਿ ਮੈਂ ਇੱਥੇ ਕਿਸੇ ਕਾਲਜ ਦਾ ਨਾਮ ਨਹੀਂ ਲੈ ਰਿਹਾ, ਕਿਉਂਕਿ ਕੋਈ ਕਾਲਜ ਫੀਸ ਨਹੀਂ ਵੀ ਕੱਟ ਰਹੇ ਵਿਦਆਊਟ ਫੀਸ ਡਿਡਕਟ ਕਰਕੇ ਤਾਂ ਆਪਣੀ ਔਨਲਾਈਨ ਕਲਾਸਿਸ ਜੁਆਇਨ ਕਰ ਰਹੇ ਨੇ। ਕੁਝ ਕਾਲਜ ਹੈਗੇ ਆ $250, ਕੁਝ ਕਾਲਜ ਹੈ $300 ਫੀਸ ਡਿਡਕਟ ਕਰ ਰਹੇ ਨੇ ਜੇਕਰ ਤੁਹਾਡਾ ਵੀਜ਼ਾ ਕਿਸੇ ਕਾਰਨ ਰਿਫਿਊਜ਼ ਹੋ ਜਾਂਦਾ। ਕਿਉਂਕਿ ਜੇਕਰ ਜਿਹੜੇ ਸਟੂਡੈਂਟਸ ਆਪਣੇ ਟਰੈਵਲ ਨਹੀਂ ਕਰ ਪਾ ਰਹੇ ਉਹਨੇ ਵੀਜ਼ੇ ਦੀ ਜਿਹੜੇ ਪਰਫੋਰਮੈਂਟ ਜਿਹੜੇ ਹੈਗੇ ਪੈਂਡਿੰਗ ਨੇ ਉਹਨਾਂ ਨੂੰ ਆਪਣੀ ਔਨਲਾਈਨ ਕਲਾਸਿਸ ਜੁਆਇਨ ਕਰਨੀਆਂ ਚਾਹੀਦੀਆਂ ਨੇ। ਜੇਕਰ ਉਹਨਾਂ ਦਾ ਕਾਲਜ ਡੈਫਰਮੈਂਟ ਦੇ ਰਿਹਾ ਤਾਂ ਤੁਸੀਂ ਆਪਣੀ ਡੈਫਰਮੈਂਟ ਵੀ ਲੈ ਸਕਦੇ ਹੋ। ਔਨਲਾਈਨ ਕਲਾਸਿਸ ਦਾ ਬੈਨੀਫਿਟ ਤੁਹਾਨੂੰ ਇਹ ਹੋਏਗਾ ਜੇਕਰ ਮੰਨ ਕੇ ਚੱਲੋ ਤੁਹਾਡਾ ਵੀਜ਼ਾ ਹੈਗਾ 1 ਮੰਥ ਦੇ ਵਿੱਚ ਜਾਂ 15 ਡੇ ਦੇ ਵਿੱਚ ਤੁਹਾਡਾ ਵੀਜ਼ਾ ਡਨ ਹੋ ਜਾਂਦਾ ਤਾਂ ਤੁਸੀਂ ਉਸੇ ਟਾਈਮ ਆਪਣਾ ਟਰੈਵਲ ਕਰ ਸਕਦੇ ਹੋ। ਜੇਕਰ ਤੁਸੀਂ ਆਪਣਾ ਇੰਟੇਕ ਡੈਫਰ ਕਰਕੇ ਚੱਲਦੇ ਹੋ ਤਾਂ ਤੁਹਾਨੂੰ ਉਸੇ ਇੰਟੇਕ ਦੇ ਲਈ ਵੇਟ ਕਰਨੀ ਪਵੇਗੀ, ਕਿਉਂਕਿ ਤੁਸੀਂ ਆਪਣੇ ਇੰਟੇਕ ਦੇ ਨੇੜੇ ਹੀ ਤੁਸੀਂ ਆਪਣਾ ਟਰੈਵਲ ਕਰ ਸਕਦੇ, ਉਸ ਤੋਂ ਪਹਿਲਾਂ ਟਰੈਵਲ ਕੈਨੇਡਾ ਨਹੀਂ ਕਰ ਸਕਦੇ। ਸੋ ਸਟੂਡੈਂਟਸ ਨੂੰ ਇਹ ਖਾਸ ਚੀਜ਼ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਤੁਸੀਂ ਆਪਣੀ ਜੇਕਰ ਔਨਲਾਈਨ ਕਲਾਸਿਸ ਜੁਆਇਨ ਕਰ ਰਹੇ ਹੋ ਤਾਂ ਤੁਸੀਂ ਆਪਣੀ ਰੀਫੰਡ ਪੋਲਿਸੀ ਜ਼ਰੂਰ ਚੈੱਕ ਕਰੋ ਵੀ ਤੁਹਾਡੀ ਕਾਲਜ ਫੀਸ ਕਿੰਨੀ ਡਿਡਕਟ ਕਰ ਰਿਹਾ। ਜੇਕਰ ਮੰਨ ਲਓ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਤੁਹਾਨੂੰ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਲੌਸ ਹੋ ਜਾਵੇਗਾ। ਸੋ ਤੁਸੀਂ ਇਹ ਚੀਜ਼ ਦਾ ਖਾਸ ਧਿਆਨ ਰੱਖੋ, ਕਾਲਜ ਰੀਫੰਡ ਪੋਲਿਸੀ ਜ਼ਰੂਰ ਰੀਡ ਕਰੋ। ਜਾਂ ਤੁਹਾਡੇ ਕੋਲ ਰੀਫੰਡ ਪੋਲਿਸੀ ਨਹੀਂ ਆ ਤੁਸੀਂ ਆਪਣੇ ਏਜੰਟ ਤੋਂ ਜਾਂ ਆਪਣੇ ਕਾਲਜ ਤੋਂ ਆਪਣੀ ਰੀਫੰਡ ਪੋਲਿਸੀ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਹਾਡਾ ਕਾਲਜ ਹੈਗਾ ਵਿਦਆਊਟ ਫੀਸ ਡਿਡਕਟ ਕਰੇ ਤਾਂ ਤੁਹਾਡੀ ਔਨਲਾਈਨ ਕਲਾਸਿਸ ਜੁਆਇਨ ਕਰਿਆ ਤਾਂ ਤੁਹਾਨੂੰ ਅੱਜ ਹੀ ਆਪਣੀ ਔਨਲਾਈਨ ਕਲਾਸਿਸ ਜੁਆਇਨ ਕਰ ਲੈਣੀ ਚਾਹੀਦੀਆਂ ਹਨ, ਕਿਉਂਕਿ ਤੁਹਾਨੂੰ ਇਸ ਵਿੱਚ ਕੋਈ ਲੌਸ ਨਹੀਂ ਆ। ਜੇ ਤੁਹਾਡਾ ਵੀ ਆਰ ਫੀ ਵੀ ਹੋ ਜਾਂਦਾ ਤੁਹਾਡੀ ਫੁੱਲ ਫੀਸ ਹੈਗੀ ਰੀਫੰਡ ਹੋ ਜਾਵੇਗੀ। ਸੋ ਕੁਝ ਕਾਲਜ ਜਿਹੜੇ ਹੈਗੇ $250 ਜਾਂ $300 ਫੀਸ ਰੀਫੰਡ ਡਿਡਕਟ ਕਰਕੇ ਆਪਣੀ ਔਨਲਾਈਨ ਕਲਾਸਿਸ ਜੁਆਇਨ ਕਰ ਰਹੇ ਨੇ, ਉਹਨਾਂ ਸਟੂਡੈਂਟਸ ਨੂੰ ਆਪਣੀ ਕਲਾਸਿਸ ਜੁਆਇਨ ਕਰ ਲੈਣੀ ਚਾਹੀਦੀਆਂ, ਕਿਉਂਕਿ ਸਟੂਡੈਂਟਸ ਨੂੰ ਆਪਣਾ ਟਾਈਮ ਖਰਾਬ ਨਹੀਂ ਕਰਨਾ ਚਾਹੀਦਾ। ਕਿਉਂਕਿ ਅੱਜ ਦਾ ਜਿਹੜਾ ਦੌਰ ਹੈਗਾ ਬਹੁਤ ਜ਼ਿਆਦਾ ਐਮੀਗ੍ਰੇਸ਼ਨ ਦੇ ਵਿੱਚ ਰਸ਼ ਹੈ, ਬਹੁਤ ਟਾਈਮ ਲੱਗ ਰਿਹਾ ਵੀਜ਼ੇ ਦੇ ਅਪਰੂਵਲ ਦੇ ਵਿੱਚ। ਜੋ ਸਟੂਡੈਂਟਸ ਆਪਣੇ ਡਾਕੂਮੈਂਟਸ ਪੈਂਡਿੰਗ ਨੇ ਕਹਿੰਦੇ ਵੀਜ਼ਾ ਦੇ ਪੋਲਿਸੀਸ ਜਿਹੜੇ ਹੈਗੇ ਆ ਪ੍ਰੋਸੀਜਰ ਪੈਂਡਿੰਗ ਪਏ ਨੇ, ਉਹਨਾਂ ਸਟੂਡੈਂਟਸ ਨੂੰ ਆਪਣੀ ਔਨਲਾਈਨ ਕਲਾਸਿਸ ਜੁਆਇਨ ਕਰਨੀਆਂ ਚਾਹੀਦੀਆਂ। ਸੋ ਜੇ ਕਾਲਜ ਹੈਗੇ ਕਾਫੀ ਸਾਰੇ ਸਟੂਡੈਂਟਸ ਫਰੀ ਦੇ ਵਿੱਚ ਹੈਗੇ ਔਨਲਾਈਨ ਕਲਾਸਿਸ ਜੁਆਇਨ ਕਰ ਰਹੇ ਨੇ, ਮੰਨ ਲਓ ਜਿਹੜਾ ਵੀ ਆਰ ਫੀ ਹੈ ਫੁੱਲ ਫੀਸ ਤੁਹਾਡੀ ਰੀਫੰਡ ਹੋਵੇਗੀ, ਕੋਈ ਫੀਸ ਡਿਡਕਟ ਨਹੀਂ ਕੀਤੀ ਜਾਵੇਗੀ। ਕੁਝ ਕਾਲਜ ਹੈਗੇ ਜਿੰਨੇ ਤੁਸੀਂ ਓਵਰ ਸਟੱਡੀ ਕੀਤੀ ਹੋਈ ਆ ਉਹਦੇ ਹਿਸਾਬ ਨਾਲ ਆਪਣੀ ਫੀਸ ਕੱਟਣਗੇ। ਸੋ ਤੁਹਾਨੂੰ ਇਹ ਚੀਜ਼ 'ਤੇ ਬਹੁਤ ਖਾਸ ਧਿਆਨ ਦੇਣ ਦੀ ਜ਼ਰੂਰਤ ਆ, ਤੁਸੀਂ ਇਹ ਪੋਲਿਸੀ ਰੀਡ ਕਰੇ ਬਿਨਾਂ ਆਪਣੀ ਔਨਲਾਈਨ ਕਲਾਸਿਸ ਜੁਆਇਨ ਨਾ ਕਰੋ। ਜੇਕਰ ਤੁਸੀਂ ਆਪਣੀ ਇਹ ਰੀਡ ਪੋਲਿਸੀ ਕਰਨ ਤੋਂ ਬਿਨਾਂ ਆਪਣੀ ਔਨਲਾਈਨ ਕਲਾਸਿਸ ਸਟਾਰਟ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਲੌਸ ਦਾ ਸਾਹਮਣਾ ਕਰਨਾ ਪੈ ਸਕਦਾ। ਕੋਈ ਨਾ ਤੁਸੀਂ ਫੀਸ ਆਪਣੀ ਪੇ ਕੀਤੀ ਹੋਈ ਆ ਅਤੇ ਤੁਸੀਂ ਔਨਲਾਈਨ ਕਲਾਸਿਸ ਜੁਆਇਨ ਕਰਦੇ ਹੋ ਤਾਂ ਕਾਲਜ ਜਿਹੜੇ ਕਾਫੀ ਸਾਰੀ ਪੋਲਿਸੀਸ ਕਾਲਜ ਨੇ ਚੇਂਜ ਕਰ ਦਿੱਤੀਆਂ ਨੇ। ਜੋ ਕਾਲਜਿਸ ਪਹਿਲਾਂ ਕੋਈ ਫੀਸ ਡਿਡਕਟ ਨਹੀਂ ਕਰਦੇ ਸੀਗੇ ਉਹਨਾਂ ਨੇ ਆਪਣੀ ਪੋਲਿਸੀ ਚੇਂਜ ਕਰਕੇ ਫੀਸ ਡਿਡਕਸ਼ਨ ਵੀ ਹੈਗੀ ਆ ਅਪਡੇਟ ਕਰ ਦਿੱਤੀਆਂ ਨੇ ਵੀ ਇੰਨੇ ਡੋਲਰ ਕਿੰਨੀ ਫੀਸ ਕੱਟੀ ਜਾਵੇਗੀ। ਇਹ ਤੁਸੀਂ ਸਾਰਾ ਆਪਣੀ ਰੀਫੰਡ ਪੋਲਿਸੀ ਵਿੱਚ ਚੈੱਕ ਕਰ ਸਕਦੇ ਹੋ। ਆਪਣੇ ਕੋਲ ਤਾਂ ਲੇਟੈਸਟ ਰੀਫੰਡ ਪੋਲਿਸੀ ਆਪਣੇ ਮੇਲ 'ਤੇ ਮੰਗਵਾਓ, ਮੇਰੇ ਕੋਲੋਂ ਕਾਲਜ ਨੂੰ ਉਸ ਮੇਲ ਤੋਂ ਆਪਣੀ ਰੀਫੰਡ ਪੋਲਿਸੀ ਪ੍ਰਾਪਤ ਕਰੋ, ਫਿਰ ਹੀ ਆਪਣੀ ਔਨਲਾਈਨ ਕਲਾਸਿਸ ਦੇ ਵਿੱਚ ਆਪਣਾ ਹੈਗਾ ਰਜਿਸਟਰਡ ਹੋ। ਸੋ ਤੁਸੀਂ ਆਪਣੇ ਹੈਗਾ ਔਨਲਾਈਨ ਕਲਾਸਿਸ ਜੁਆਇਨ ਕਰ ਸਕਦੇ ਹੋ। ਲੌਸ 'ਤੇ ਜਿਹੜਾ ਹੈਗਾ ਬੈਨੀਫਿਟ ਮੈਂ ਤੁਹਾਨੂੰ ਦੱਸ ਦਿੱਤਾ, ਜੇ ਜੇਕਰ ਤੁਸੀਂ ਫੀਸ ਕਾਲਜ ਦੇ ਵਿੱਚੋਂ ਕੱਟਦਾ ਤੁਹਾਡੀ ਫੀਸ ਰੀਫੰਡ ਪੋਲਿਸੀ 'ਚ ਲਿਖਿਆ ਹੋਇਆ $1,000 ਤੁਹਾਡੀ ਫੀਸ ਕੱਟੀ ਜਾਵੇਗੀ ਤਾਂ ਤੁਹਾਨੂੰ ਲੌਸ ਹੋਵੇਗਾ। ਉਹਨਾਂ ਸਟੂਡੈਂਟਸ ਨੇ ਬੈਨੀਫਿਟ ਜਿਨ੍ਹਾਂ ਦੀ ਕਾਲਜ ਵਿਦਆਊਟ ਫੀ ਡਿਡਕਸ਼ਨ ਦੇ ਔਨਲਾਈਨ ਕਲਾਸਿਸ ਪ੍ਰੋਵਾਈਡ ਕਰ ਰਿਹਾ ਉਹਨਾਂ ਸਟੂਡੈਂਟਸ ਦੀ ਇਸ ਚੀਜ਼ ਦਾ ਬਹੁਤ ਬੈਨੀਫਿਟ ਹੈ, ਕਿਉਂਕਿ ਜਿਹੜਾ ਤੁਹਾਡਾ ਜਿਹੜਾ ਵੀਜ਼ਾ ਹੈ ਕਿੰਨੇ ਦਿਨ ਵਿੱਚ ਆ ਸਕਦਾ 1 ਮੰਥ ਜਾਂ 1.5 ਮੰਥ ਦੇ ਵਿੱਚ, ਤਾਂ ਤੁਸੀਂ ਉਸੇ ਟਾਈਮ